ਤੇ ਗੱਲ ਕਰਨੇ ਆ ਪ੍ਰੋਬਲਮ ਨੰਬਰ 1 ਦੇ ਬਾਰੇ। ਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਪੱਗ ਬੰਨ ਤੇ ਲੈਂਦੇ ਹਾਂ ਐਂਡ ਪੱਗ ਚੰਗੀ ਆ ਵੀ ਜਾਂਦੀ ਹੈ, ਬਟ ਸਾਡੇ 'ਚ ਫਸਟ ਲੜਿਆ ਵਾਲਾ ਇਹ ਨਹੀਂ ਤਾਂ ਲੂਜ਼ ਹੋ ਜਾਂਦਾ ਜਾਂ ਬਾਰ ਬਾਰ ਉੱਪਰ ਨੂੰ ਜਾਂਦਾ, ਅਤੇ ਉਹ ਚੀਜ਼ ਜੋ ਰਹਿੰਦੀ ਬਹੁਤ ਅਨਕੰਫਰਟੇਬਲ ਬਣਾ ਦਿੰਦੀ ਹੈ ਸਾਨੂੰ। ਅਤੇ ਉਹ ਚੀਜ਼ ਨੂੰ ਫਿਕਸ ਕਰਨਾ ਹੈ, ਕਿਵੇਂ ਕਰਨਾ ਹੈ? ਸਟੈਪ ਮੈਂ ਕਰਤਾ ਹੂੰ। ਕਰਨਾ ਤਾਂ ਇਹ ਰਹੇਗਾ ਕਿ ਜੋ ਤੁਸੀਂ ਜਬ ਇਹ ਵਾਲਾ ਲੜ ਤੁਸੀਂ ਐਵੇਂ ਲੈ ਕੇ ਜਾਓਗੇ ਐਂਡ ਇਹਨੂੰ ਐਵੇਂ ਫਿਕਸ ਕਰੋਗੇ, ਠੀਕ ਹੈ? ਅਤੇ ਜੋ ਗਲਤ ਬੰਦਾ, ਮਤਲਬ ਗਲਤ ਬੰਦਾ ਨਹੀਂ, ਹਾਂਜੀ, ਅਤੇ ਜੋ ਬੰਦਾ ਅਗਰ ਗਲਤ ਕਰ ਰਿਹਾ ਜਿਹਦਾ ਲੜ ਉੱਤੇ ਫਿਸਾ ਜਾਂਦਾ, ਉਹ ਕੀ ਕਰਦਾ ਕਿ ਹੁਣ ਡਾਇਰੈਕਟਲੀ ਐਵੇਂ ਲਾ ਦਿੰਦਾ। ਬਟ ਤੁਸੀਂ ਇਹ ਗਲਤੀ ਨਹੀਂ ਕਰੋਗੇ ਕਿ ਤੁਸੀਂ ਸਿੰਘ ਸਿੰਘ ਦੀ ਵੀਡੀਓ ਵੇਖ ਰਹੇ ਹੋ ਐਂਡ ਤੁਸੀਂ ਹੁਣ ਸਿੰਘ ਸਿੰਘ ਸਬਸਕ੍ਰਾਈਬ ਕਰ ਦਿਓਗੇ। ਅਤੇ ਅਸੀਂ ਕਰਨਾ ਕੀ ਰਹੇਗਾ, ਅਗਰ ਸਾਡਾ ਅਸੀਂ ਲੜ ਫਿਕਸ ਰੱਖਣਾ, ਅਤੇ ਜੋ ਹੈ ਦੇਖੋ ਪੋਨੀ ਅਸੀਂ ਕਰਨਾ, ਅਤੇ ਐਵੇਂ ਦੋ ਠੋਕ ਪਾਸੇ ਬੰਦੇ ਨੇ, ਹੈ ਨਾ, ਅਤੇ ਜੋ ਥੱਲੇ ਵਾਲਾ ਸਾਡਾ ਪਾਸਾ ਰਹੇਗਾ ਨਾ ਐਂਡ ਜੋ ਉੱਪਰ ਵਾਲਾ ਰਹੇਗਾ, ਅਤੇ ਉੱਪਰ ਵਾਲੇ ਨੂੰ ਐਵੇਂ ਥੱਲੇ ਵਾਲੇ 'ਚ ਐਂ ਕਰ ਲਾਂਗੇ ਐਂਡ ਇਹਨੂੰ ਇਹ ਵਾਲੇ ਅੰਗੂਠੇ ਨਾਲ ਐਂ ਕਰ ਲਾਂਗੇ। ਉਹਦੇ ਬਾਅਦ ਅਸੀਂ ਫਸਟ ਲੜ ਐਵੇਂ ਲਗਾਵਾਂਗੇ, ਅਤੇ ਉਹਦੇ ਨਾਲ ਕੀ ਰਹੇਗਾ ਕਿ ਇੱਦਾਂ ਜੋ ਹੈ ਨਾ ਗ੍ਰਿਪ ਬਣ ਜਾਏਗੀ ਸਾਡੀ। ਹੁਣੇ ਮੈਂ ਇਹ ਲੜ ਮੂੰਹ 'ਚ ਨਹੀਂ ਦਬਾਇਆ ਤਾਂ ਕਰਕੇ ਲੂਜ਼ ਲੱਗ ਰਿਹਾ, ਅਤੇ ਜਿਵੇਂ ਹੁਣ ਮੈਂ ਮੂੰਹ 'ਚ ਦਬਾ ਕੇ ਤੁਹਾਨੂੰ ਲਗਾ ਕੇ ਉਠਾਉਂਦਾ, ਅਤੇ ਤੁਸੀਂ ਜਿਵੇਂ ਵੇਖ ਰਹੇ ਹੋ ਇੱਕਦਮ ਟਾਈਟ ਗ੍ਰਿਪ ਬਣ ਗਈ ਹੈ, ਹੁਣ ਉੱਪਰ ਨਹੀਂ ਖਿੱਚਦਾ, ਮੈਂ ਖਿੱਚ ਰਿਹਾ ਦੇਖੋ ਤਾਂ ਵੀ ਇੱਧਰ ਫਿਕਸ, ਠੀਕ ਹੈ ਜੀ? ਅਤੇ ਇਹ ਟ੍ਰਿਕ ਨਾਲ ਤੁਹਾਡਾ ਜੋ ਫਸਟ ਲੜ ਹੈ ਉਹ ਆਪਣੀ ਪੋਜੀਸ਼ਨ 'ਚ ਫਿਕਸ ਰਹੇਗਾ, ਠੀਕ ਹੈ? ਮੂਵਿੰਗ ਔਨ ਟੂ ਨੈਕਸਟ ਟ੍ਰਿਕ। ਅਤੇ ਐਸੀ ਇੰਨੀ ਈਜ਼ੀ ਟ੍ਰਿਕ, ਬਸ ਕਰਨਾ ਕੀ ਸੀ ਕਿ ਆਪਣੇ ਬਾਹਰ ਲੜ ਅੰਦਰ ਲੜ ਜਾ ਪਾਉਣਾ ਸੀ, ਸਿੱਧਾ ਸਿੱਧਾ ਨਹੀਂ ਕਹਿ ਸਕਦੇ ਤੇ। ਅਤੇ ਹੋਪ ਤੁਹਾਨੂੰ ਪਸੰਦ ਆਈ ਹੋਈ ਐਂਡ ਨਾਓ ਮੂਵ ਔਨ ਟੂ ਅਨਦਰ ਟ੍ਰਿਕ। ਅਤੇ ਟ੍ਰਿਕ ਨਹੀਂ ਪ੍ਰੋਬਲਮ ਬੋਲਾਂਗੇ ਜੋ ਸਾਨੂੰ ਪ੍ਰੋਬਲਮ ਆਉਂਦੀ ਹੈ। ਹੁਣ ਇਹੋ ਜਿਹੀ ਪ੍ਰੋਬਲਮ ਸਾਨੂੰ ਤਾਂ ਆਉਂਦੀ ਹੈ ਜਦੋਂ ਅਸੀਂ ਪੱਗ ਬੰਨ੍ਹਦੇ ਹਾਂ ਐਂਡ ਪੱਗ ਬੰਨ੍ਹਦੇ ਬੰਨ੍ਹਦੇ ਸਾਡੀ ਪੂਨੀ ਖੁੱਲ੍ਹ ਜਾਂਦੀ ਹੈ, ਅਤੇ ਉਹਨੂੰ ਹੁਣ ਕਿਵੇਂ ਕਰਨਾ? ਹਾਂ ਦੋਸਤੋ, ਪੱਗ ਸਾਡੀ ਪੂਨੀ ਹੋਈ ਹੈ, ਅਸੀਂ ਪੂਨੀ ਕਰਨਾ ਹੁਣ ਤੁਹਾਨੂੰ ਨਹੀਂ ਸਿਖਾਉਣਗੇ। ਅਗਰ ਤੁਹਾਨੂੰ ਪੂਨੀ ਕਰਨੀ ਸਿੱਖਣੀ ਹੈ ਤਾਂ ਅਸੀਂ ਵੀਡੀਓ ਪਾਈ ਹੋਈ ਹੈ, ਉੱਤੇ ਆਈ ਬਟਨ ਆਏਗਾ, ਦਬਾ ਕੇ ਤੁਸੀਂ ਪੂਨੀ ਸਿੱਖ ਲਓਗੇ, ਠੀਕ ਹੈ ਜੀ? ਅਤੇ ਅਗਰ ਤੁਹਾਡੀ ਪੂਨੀ ਖੁੱਲ੍ਹ ਜਾਂਦੀ ਹੈ ਪੱਗ ਬੰਨ੍ਹਦੇ ਬੰਨ੍ਹਦੇ, ਅਤੇ ਪੂਨੀ ਕਰਨੇ ਟਾਈਮ ਜਦ ਅਸੀਂ ਪੂਨੀ ਕਰਕੇ ਪੱਗ ਲਪੇਟਦੇ ਹਾਂ, ਉਸ ਟਾਈਮ ਤੁਸੀਂ ਢੱਕਣ ਲੈਣਾ ਪੈਨ ਦਾ, ਨਹੀਂ ਤਾਂ ਪਿੰਨ ਲੈਣੇ ਨੇ, ਔਰ ਉਹਨੂੰ ਐਂ ਕਰਕੇ ਲਗਾ ਲੈਣਾ। ਅਤੇ ਜਿਵੇਂ ਜਿਵੇਂ ਅਸੀਂ ਅੱਗੇ ਜਾ, ਪ੍ਰੋਬਲਮ ਹੈ ਇਹ ਤਾਂ ਹਰ ਬਿਗਨਰ ਨੂੰ ਆਉਂਦੀ ਹੈ, ਲਾਈਕ ਜੋ ਪੱਗ ਸਟਾਰਟ ਕਰਦਾ ਐਂਡ ਇਹ ਵਾਲੀ ਪ੍ਰੋਬਲਮ ਕਾਰਨ ਉਹ ਪੱਗ ਕਈ ਲੋਕ ਛੱਡ ਦਿੰਦੇ ਨੇ। ਅਤੇ ਹੁਣ ਅਸੀਂ ਗੱਲ ਕਰਾਂਗੇ ਪਿੰਚ ਪ੍ਰੋਬਲਮ ਦੀ, ਕਈ ਲੋਕ ਪੱਗ 'ਚ ਪਿੰਚ ਨਹੀਂ ਕਰ ਪਾਉਂਦੇ, ਬਚਪਨ ਸੇ ਕਰਤੇ ਆਏ ਹੋ ਇਹ ਸਭ। ਅਤੇ ਪਿੰਚ ਵੀ ਜੋ ਹੁੰਦੇ ਨੇ ਦੋ ਟਾਈਪ ਦੇ ਹੁੰਦੇ ਨੇ, ਇੱਕ ਤਾਂ ਵੱਟਾਂ ਵਾਲੀ ਪੱਗ 'ਚ ਡਿਫਰੈਂਟ ਹੁੰਦਾ ਪਿੰਚ ਕਰਨ ਦਾ ਸਟਾਈਲ, ਐਂਡ ਜੋ ਅਸੀਂ ਪਲੇਨ ਲੜਾਂ ਵਾਲੀ ਪੱਗ ਬਣਨਾ ਉਹ 'ਚ ਡਿਫਰੈਂਟ ਟਾਈਪ ਤੋਂ ਪਿੰਚ ਹੁੰਦੀ ਹੈ। ਅਤੇ ਤੁਸੀਂ ਪਹਿਲਾਂ ਵੇਖੋ ਵੱਟਾਂ ਵਾਲੀ ਪੱਗ 'ਚ ਕਿਵੇਂ ਪਿੰਚ ਕਰਨਾ। ਦੋ ਠੋਕ ਪੋਰਸ਼ਨ ਰਹਿੰਦੇ ਨੇ, ਉੱਪਰ ਵਾਲੇ ਰਹਿੰਦੇ ਕਿ ਨੀਚੇ ਵਾਲਾ ਪੋਰਸ਼ਨ ਰਹਿੰਦੇ, ਅਤੇ ਨੋਰਮਲ ਪੱਗ ਬੰਨਣ ਟਾਈਮ ਅਸੀਂ ਉੱਪਰ ਵਾਲਾ ਪੋਰਸ਼ਨ ਐਵੇਂ ਸਾਫ਼ ਕਰਕੇ ਕਲੀਅਰ ਕਰਦੇ ਹਾਂ। ਬਟ ਅਗਰ ਵੱਟਾਂ ਵਾਲੀ ਪੱਗ ਜੇ ਤੁਹਾਨੂੰ ਅਗਰ ਵੱਟ ਜ਼ਿਆਦਾ ਚਾਹੀਦੇ ਨੇ ਤਾਂ ਤੁਸੀਂ ਥੱਲੇ ਵਾਲਾ ਪੋਰਸ਼ਨ ਐਵੇਂ ਕਲੀਅਰ ਕਰੋਗੇ ਖਿੱਚ ਕੇ। ਹੁਣ ਇਹਦਾ ਪਿੰਚ ਕਿਵੇਂ ਬਣਾ ਰਿਹਾ ਅਸੀਂ ਤੁਹਾਨੂੰ ਦੱਸਦੇ ਹਾਂ। ਵੱਟਾਂ ਵਾਲੀ ਪੱਗ ਮੈਂ ਪਿੰਚ ਡਾਲਨੇ ਕੇ ਲੀਏ ਆਪਕੋ ਟਿੱਕਾ ਲਗਾਉਣਾ ਆਉਣਾ ਚਾਹੀਏ, ਟਿੱਕਾ ਟਿੱਕਾ ਕੈਸੇ ਲਗਾਉਣਾ ਹੈ ਹਮ ਆਪਕੋ ਬਤਾਤੇ ਹੈ। ਅੰਗੂਠੇ ਕੋ ਆਪਣਾ ਐਸੇ ਲੈਣਾ, ਮੱਥੇ ਪੇ ਰੱਖਣਾ ਐਂਡ ਉਸਕੋ ਐਸੇ ਟੀਕਾ ਲਗਾ ਦੇਣਾ ਯਹਾਂ ਤੱਕ, ਠੀਕ ਹੈ ਜੀ? ਟੀਕਾ ਲਗਨੇ ਕੇ ਬਾਅਦ ਆਪ ਦੇਖ ਰਹੇ ਹੋ ਕਿ ਯਹਾਂ ਪੇ ਬਹੁਤ ਸਾਰੇ ਵੱਟ ਆ ਗਏ ਹੈ। ਹੁਣ ਜਿਤਨੇ ਵੱਟ ਆਏ ਨੇ ਉਹਨਾਂ ਨੂੰ ਅਸੀਂ ਇੱਦੇ ਵੱਟੋਂ ਕੋ ਐਸੇ ਆਪਾਂ ਫਿਕਸ ਕਰਕੇ ਐਂਡ ਪੱਗ ਕੇ ਐਂਡ ਮੈਂ ਇਸ ਕੋ ਆਪਾਂ ਸਿਲਾਈ ਸੇ ਕਲੀਅਰ ਵੀ ਕਰ ਸਕਤੇ ਹੈ। ਤੋ ਬੇਸਿਕਲੀ ਵੱਟ ਲਾਣਾ ਬਹੁਤ ਆਸਾਨ ਹੈ, ਆਪਨੇ ਦੇਖ ਲਿਆ। ਨਾਈਸ, ਤੇ ਈਜ਼ੀ ਸੀ, ਇੰਨਾ ਈਜ਼ੀ ਸੀ, ਬਸ ਤੁਸੀਂ ਟਿੱਕਾ ਲਗਾਉਣਾ ਸਿੱਖਣਾ ਐਂਡ ਤੁਸੀਂ ਪੂਰੀ ਪੱਗ ਆਪਣੇ ਜਿੰਨੇ ਲੜਨੇ ਐਵੇਂ ਲਗਾ ਦੇਣੇ ਨੇ, ਅਤੇ ਤੁਹਾਡੀ ਵੱਟਾਂ ਵਾਲੀ ਪੱਗ ਬਹੁਤ ਸੋਹਣੀ ਆਏਗੀ, ਤੁਸੀਂ ਲਿਖ ਚੱਲੋ।
ਐਂਡ ਅਸੀਂ ਗੱਲ ਕਰਨੇ ਆ ਕਿ ਜਦ ਲਾੜ ਵਾਲੀ ਪੱਗ ਅਸੀਂ ਬੰਨਾਂਗੇ ਤੇ ਕਿਵੇਂ ਪਿੰਜ ਕਰਨਾ, ਠੀਕ ਹੈ? ਉਹ ਵੇਖੋ ਤੁਸੀਂ ਹੁਣ ਅਸੀਂ ਪਲੇਨ ਪੱਗ ਬੰਨਦੇ ਹਾਂ, ਮਤਲਬ ਪਲੇਨ ਲੜਾਂ ਵਾਲੀ, ਅਤੇ ਉਹ 'ਚ ਅਸੀਂ ਕਿਵੇਂ ਕਰਾਂਗੇ? ਨੋਰਮਲ ਜੋ ਉੱਪਰ ਵਾਲਾ ਲਾੜੀ ਕਲੀਅਰ ਕਰਨੇ ਅਸੀਂ ਉਹ ਅਲੱਗ ਲਾੜੀ ਕਲੀਅਰ ਕਰਾਂਗੇ ਇੱਦਾਂ, ਠੀਕ ਹੈ ਜੀ? ਹੁਣ ਇਹਨੂੰ ਕਲੀਅਰ ਕਰਨ ਤੋਂ ਬਾਅਦ ਕੀ ਕਰਨਾ ਅਸੀਂ? ਸੀ ਬਣਾਉਣਾ ਆਪਣੀ ਉਂਗਲੀ ਨਾਲ, ਐਂਡ ਸੀ ਨਾਲ ਪਹਿਲੇ ਤਾਂ ਅੰਗੂਠੇ ਤੋਂ ਜਿੰਨਾ ਕੱਪੜਾ ਆਪਣਾ ਅੰਦਰ ਜਾ ਰਿਹਾ ਅੰਦਰ ਲੈ ਜਾਵਾਂਗੇ ਐਵੇਂ, ਠੀਕ ਹੈ ਜੀ? ਉਹਦੇ ਬਾਅਦ ਅਸੀਂ ਇਹਨੂੰ ਖਿੱਚ ਕੇ ਕਲੀਅਰ ਕਰਨਾ, ਜਿਵੇਂ ਜਿੱਦਾਂ ਤੱਕ ਸਾਡਾ ਕਲੀਅਰ ਹੋ ਰਿਹਾ ਇਸ ਪਾਸੋਂ ਵੀ, ਐਂਡ ਉੱਤੋਂ ਵੀ ਜਿੰਨਾ ਕਲੀਅਰ ਕਰ ਸਕਦੇ ਹਾਂ ਉਨਾ ਕਲੀਅਰ ਕਰ ਲਵਾਂਗੇ। ਫਿਰ ਅਸੀਂ ਇੱਕ ਵਾਰ ਐਵੇਂ ਉੱਪਰੋਂ ਐਵੇਂ ਦਬਾ ਦੇਣਾ ਕੱਪੜਾ ਐਕਸੈਸਿਵ ਵਾਲਾ, ਫਿਰ ਐਵੇਂ ਅੰਗੂਠੇ ਨਾਲ ਅੰਦਰ ਲੈ ਜਾਣਾ ਕੱਪੜਾ। ਹੁਣ ਇਹ ਵੀ ਅਗਰ ਦੇਖੋ ਉੱਪਰ ਉੱਠਾ ਉੱਠਾ ਆ ਰਿਹਾ, ਅਤੇ ਇਹਨੂੰ ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਕਲੀਅਰ ਕਰ ਦਾਂਗੇ। ਇਹ ਦੇਖੋ ਤੁਸੀਂ ਵੇਖ ਸਕਦੇ ਹੋ ਕਿ ਲੜ ਸਾਡਾ ਇੱਕਦਮ ਕਲੀਅਰ ਹੋ ਗਿਆ, ਅਤੇ ਪਲੇਨ ਪੱਗ 'ਚ ਸਾਡਾ ਵਾਲਾ ਲੜ ਲੱਗ ਸਕਦਾ, ਹੈ ਨਾ? ਜੇ ਤੁਸੀਂ ਇਹ ਵਾਲਾ ਲੜ ਲਗਾ ਰਹੇ ਹੋ, ਪੂਰਾ ਸਾਫ ਲੜ ਹੈ ਨਾ, ਤੁਸੀਂ ਵੇਖ ਸਕਦੇ ਹੋ। ਅਤੇ ਪਲੇਨ ਪੱਗ 'ਚ ਪਿੰਚ ਤੁਸੀਂ ਐਵੇਂ ਕਰਨਾ, ਬਹੁਤ ਈਜ਼ੀ ਸੀ, ਈਜ਼ੀ ਸੀ ਕਿ ਨਹੀਂ? ਦੇਖਿਆ ਬਸ ਇੰਨਾ ਈਜ਼ੀ ਸੀ, ਸੀ ਬਣਾਉਣਾ ਸੀ ਆਪਣੇ ਹੱਥ ਨਾਲ, ਐਂਡ ਤੁਹਾਡੀ ਪੱਗ ਬਣੀ ਜਾਏਗੀ। ਅਤੇ ਇਹਦੇ 'ਚ ਵੀ ਪੂਰੇ 5 ਲੜ ਤੁਸੀਂ ਐਵੇਂ ਹੀ ਕਰਨੇ ਨੇ, 5 ਲੜ ਵਾਲੀ ਬੰਨ ਲਿਓ, 6 ਲੜ ਵਾਲੀ ਬੰਨ ਲਿਓ, 6 ਲੜ। ਐਂਡ ਪਿੰਚ ਕਰਨੇ ਦੇ ਬਹੁਤ ਸਾਰੇ ਹੋਰ ਡਿਫਰੈਂਟ ਵੇਜ਼ ਵੀ ਰਹਿੰਦੇ ਨੇ, ਅਤੇ ਉਹ ਅਸੀਂ ਹੁਣ ਵੀਡੀਓ ਲੰਬੀ ਹੋ ਜਾਏਗੀ ਤਾਂ ਕਹਿੰਦੇ ਦਿਖਾ ਰਹੇ। ਅਗਰ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸ ਦਿਉ, ਅਸੀਂ ਉਹਦੇ ਉੱਤੇ ਪੂਰੀ ਡਿਫਰੈਂਟ ਵੀਡੀਓ ਬਣਾ ਦਾਂਗੇ, ਅਲੱਗ ਸੀ ਪੂਰੀ ਵੀਡੀਓ 'ਚ ਪੂਰੇ ਪਿੰਚ ਸਟਾਈਲ ਅਸੀਂ ਕਵਰ ਕਰਕੇ ਤੁਹਾਨੂੰ ਦਿਖਾ ਦਾਂਗੇ, ਠੀਕ ਹੈ? ਅਤੇ ਹੁਣ ਮੂਵਿੰਗ ਔਨ ਟੂ ਅਵਰ ਨੈਕਸਟ ਪ੍ਰੋਬਲਮ। ਇਹਦੇ ਉੱਤੇ ਅਸੀਂ ਪਹਿਲੇ ਪੂਰੀ ਫੁੱਲ ਵੀਡੀਓ ਬਣਾਈ ਹੋਈ ਹੈ, ਅਗਰ ਤੁਸੀਂ ਡਿਟੇਲਡ ਵੀਡੀਓ ਵੇਖਣੀ ਹੈ ਤਾਂ ਤੁਸੀਂ ਚੈਨਲ 'ਚ ਵੇਖ ਸਕਦੇ ਹੋ, ਅਤੇ ਹੁਣ ਇਹ ਤੁਹਾਨੂੰ ਅਸੀਂ ਬਰੀਫ 'ਚ ਦਿਖਾ ਲਵਾਂਗੇ। ਕਈ ਵਾਰ ਅਸੀਂ ਕਿੱਥੇ ਜਾਂਦੇ ਹਾਂ ਅਤੇ ਸਾਡੀ ਪੱਗ ਢਿੱਲੀ ਹੋ ਜਾਂਦੀ ਹੈ, ਪੱਗ ਬੰਨਣ ਤੋਂ ਬਾਅਦ ਜਾਂ ਦਸਤਾਰ ਜਾਂ ਦੁਮਾਲ ਦਾ ਕੁਛ ਵੀ ਅਸੀਂ ਬੋਲ ਸਕਦੇ ਹਾਂ, ਅਗਰ ਉਹ ਢਿੱਲਾ ਹੋ ਜਾਏ ਐਂਡ ਤੁਸੀਂ ਇੰਸਟੈਂਟਲੀ ਉਹਨੂੰ ਟਾਈਟ ਕਰਨਾ ਬਿਨਾਂ ਮਿਰਰ ਤੋਂ ਐਂਡ ਬਿਨਾਂ ਤੁਹਾਡੇ ਕੋਲ ਕੁਛ ਨਹੀਂ ਹੈ, ਪੱਗ ਫਿਰ ਤੋਂ ਖੋਲ੍ਹ ਕੇ ਬੰਨ ਨਹੀਂ ਸਕਦੇ, ਤਾਂ ਤੁਸੀਂ ਕਿਵੇਂ ਕਰੋਗੇ? ਚਲੋ ਵੇਖੋ ਤੁਸੀਂ ਕਿਵੇਂ ਕਰਨਾ। ਸਾਡੀ ਅੱਜ ਦੀ ਜੋ ਕਾਮਨ ਪ੍ਰੋਬਲਮਸ ਆਉਂਦੀਆਂ ਨੇ ਉਹ ਉੱਤੇ ਵੀਡੀਓ, ਅਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਹੋਰ ਕਿਹੜੀ ਕਿਹੜੀ ਪ੍ਰੋਬਲਮ ਆਉਂਦੀ ਹੈ, ਅਸੀਂ ਉਹਦੇ ਉੱਤੇ ਵੀਡੀਓ ਜ਼ਰੂਰ ਬਣਾਉਂਗੇ। ਐਂਡ ਇਹ ਵੀਡੀਓ ਦਾ ਚੰਗਾ ਰਿਸਪੋਂਸ ਆਇਆ ਤਾਂ ਅਸੀਂ ਪਾਰਟ 2 ਇਹਦਾ ਰੈਡੀ ਕੀਤਾ ਹੋਇਆ, ਪਾਰਟ 2 ਇਹਦਾ ਅਪਲੋਡ ਹੋਏਗਾ, ਅਤੇ ਹੋਰ ਤੁਸੀਂ ਸਜੈਸ਼ਨ ਦਿਓ। ਐਂਡ ਵੀਡੀਓ ਪਸੰਦ ਆਏ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ। ਮਿਲਦੇ ਹਾਂ ਅਸੀਂ ਨੈਕਸਟ ਵੀਡੀਓ 'ਚ।